ਕੀ ਹਾਲ ਨੇ ਪਿਆਰੇ ਹੋ ਠੀਕ ਠਾਕ ਹੋ ਸਾਰੇ ਭਾਈਆਂ ਨੂੰ ਇਹ ਤਬੀਕ ਹੈ ਤਾਂ ਸਾਊਦੀ ਅਰਬ ਦੇ ਜਿਹੜੇ ਹਾਲਾਤ ਜਾਣ ਰਹੇ ਨਾ ਅੱਜ ਕੱਲ੍ਹ ਦੇ ਸਾਰੀ ਦੁਨੀਆ ਵੇਲੀ ਬੈਠੀ ਮੈਂ ਹੋ ਗਿਆ ਕਾਸਮ ਹੋ ਗਿਆ ਸਾਡੇ ਨਾਲ ਅਸੀਂ 20 ਬੰਦੇ ਰੂਮ 'ਚ ਰਹਿੰਦੇ ਹਾਂ ਸਾਰੇ ਵਿਹਲੇ ਬੈਠੇ ਨੇ ਅਤੇ ਪਿੱਛੋਂ ਪਾਕਿਸਤਾਨ ਵਾਲੇ ਆਉਂਦੇ ਨੇ ਕੋਈ ਪੈਸੇ ਪੁੱਤਰ ਨਹੀਂ ਕਰਦਾ ਪੈਸੇ ਕਿੱਥੋਂ ਘੱਲੀਏ ਕੰਮ ਹੋਣਗੇ ਤਾਂ ਪੈਸੇ ਘੱਲਾਂਗੇ ਕਿਉਂ ਕਾਸਮ ਨਹੀਂ ਆ ਕਰਦੇ ਸੂਬ ਦੇ ਹਾਲਾਤ ਦੇ ਹਾਲਾਤ ਬਾਰਾ ਲਏ ਨੇ ਸਾਊਦੀ ਅਰਬ ਦਾ ਜਿਹਨੇ ਵੀਜ਼ਾ ਲੈਣਾ ਪਿਛਾ ਉੱਥੇ ਕਿਤੇ ਭਾਜ 5-7 ਲੱਖ ਰੁਪਏ ਦੀ ਕਾਰੋਬਾਰ ਉੱਥੇ ਕੋਈ ਬੱਕਰੀਆਂ ਬੁੱਕਰੀਆਂ ਕਮਾਲ ਨਾ ਕਰਦੇ ਆਪਣੇ ਮਾਂ ਪਿਓ ਦੇ ਨਾਲ ਰਹੋ ਉੱਥੇ ਕੁਛ ਹਾਰ ਰਹੋ ਕੰਮ ਕਰੋ ਨਾਲੇ ਇਹਦੇ ਸਾਊਦੀ ਅਰਬ ਆਉਣ ਦਾ ਕੋਈ ਫਾਇਦਾ ਨਹੀਂ ਭਾਅ ਜੀ 7 ਸਾਲ ਇੱਥੇ ਹੋ ਗਏ ਨੇ ਮੈਨੂੰ ਮੈਂ ਪਾਕਿਸਤਾਨ ਨਹੀਂ ਗਿਆ ਪਰ ਵਾਲੇ ਵੀ ਇੱਥੇ ਕਾਮਾ ਲਵਾਓ ਇੰਝ ਕਰੋ ਕਫੀਲਾਂ ਨੂੰ ਪੈਸੇ ਦਿਓ ਉਹ ਜਿਹੜੇ ਮੁੜ ਪੈਸੇ ਇਕੱਠੇ ਕਰਨੇ ਆ ਉਹ ਆਉਂਦੇ ਨੇ ਕੰਮ ਮੁੱਕ ਗਿਆ ਕਾਮਾ ਲਵਾ ਲਓ ਮੰਥਲੀ ਆ ਗਈ 400 ਰੁਪਈਆ ਮੰਥਲੀ ਪਾ ਦੇ ਗਈ ਕੀ ਖਿਆਲ ਹੈ ਕਸਮ ਇਹ ਕਿੰਨੀ ਮੰਥਲੀ ਦੇ ਰਹੀ ਆਪਾਂ ਅਜੇ 2500 ਰੁਪਈਆ ਸਾਲ ਹੀ ਦਿੰਦਾ ਜੀ ਸਾਡੇ ਮੰਥਲੀ ਸਮੇਤ ਇਹਨੇ ਪਿੱਛੇ ਕੀ ਕਰਨਾ ਪਰ ਵਾਲੇ ਸਾਊਦੀ ਅਰਬ ਆਉਣ ਦਾ ਕੋਈ ਰੋਲ ਨਹੀਂ ਹਾਲਾਤ ਖਰਾਬ ਨੇ ਉੱਥੇ ਕਿਤੇ ਪਾਕਿਸਤਾਨੀ ਕਾਰੋਬਾਰ ਕੋਈ ਛੋਟਾ ਮੋਟਾ ਕਰ ਲਓ ਨਾਲੇ ਮਾਂ ਪਿਓ ਦੇ ਹੋਰ ਰਹੋ ਖੁਸ਼ ਰਹੋ ਆਬਾਦ ਰਹੋ ਸਾਡੇ ਲਈ ਤਫੀਕ ਭਾਅ ਜੀ ਬੰਦੇ ਇੱਥੇ ਆਉਂਦੇ ਨੇ ਰੂਮ 'ਚ ਲੰਮੇ ਪੈ ਰਹੇ ਨੇ ਕੰਮ ਕੋਈ ਨਹੀਂ ਤਾਂ ਕੰਮਾਂ ਦੇ ਹਾਲਾਤ ਹੀ ਕੋਈ ਨਹੀਂ ਨਾਲੇ ਕੀ ਬੰਦਾ ਕਰੇ ਇੱਥੇ